ਮੈਂ ਕਿਹਾ ਭਾਈ ਹੀਰੋ ਕੀ ਗੱਲ ਹੈ ਭਾਈ ਬਾਊ, ਬਾਊ ਕਹਿ ਕੇ ਤਾਂ ਰੂਹ ਖੁਸ਼ ਕਰ ਦਿੰਦਾ, ਬੜਾ ਪਿਛਲਾ ਵਕਤ ਯਾਦ ਆ ਜਾਂਦਾ, ਉਹ ਤਰਸ ਤਰਸ ਕੇ ਆਪਾਂ ਜਵਾਨੀ ਹਟਾ ਲਈ ਆ, ਨਾ ਕੋਈ ਔਰਤ ਸਾਨੂੰ ਮਿਲੀ, ਬਲਕਿ ਔਰਤ ਤਾਂ ਦੂਰ ਦੀ ਗੱਲ ਆ, ਸਾਨੂੰ ਔਰਤ ਦਾ ਪਰਛਾਵਾਂ ਵੀ ਨਹੀਂ ਮਿਲਿਆ। ਗੱਲ ਪਤਾ ਕੀ ਹੈ, ਇਹ ਸਾਰੀ ਗੱਲ ਹੁੰਦੀ ਨਸੀਬਾਂ ਦੀ, ਆਪਣੇ ਨਸੀਬਾਂ ਦੇ ਵਿੱਚ ਪਤਾ ਨਹੀਂ ਔਰਤ ਹੈ ਹੀ ਨਹੀਂ। ਮੈਂ ਤੇ ਇੱਕ ਨਜੂਮੀ ਨੂੰ ਕੱਲ ਹੱਥ ਵਿਖਾਇਆ, ਮੈਂ ਕਿਹਾ ਨਜੂਮੀ ਜੀ ਇਹ ਮੇਰਾ ਹੱਥ ਵੇਖ ਕੇ ਦੱਸੋ ਕਿ ਕੋਈ ਔਰਤ ਹੈ ਮੇਰੇ ਨਸੀਬਾਂ 'ਚ। ਉਹਨੇ ਸੱਜਿਓ ਖੱਬਿਓ ਦੇਖ ਕੇ ਕਹਿੰਦਾ ਜੀ ਹੈ ਤਾਂ ਨਹੀਂ, ਪਰ ਇੱਕ ਔਰਤ ਆ ਰਹੀ ਹੈ ਤੁਹਾਡੀ ਕਿਸਮਤ ਦੇ ਵਿੱਚ। ਹੁਣ ਪਤਾ ਨਹੀਂ ਸਾਡੇ ਨਸੀਬਾਂ 'ਚ ਕਿਹੜੀ ਔਰਤ ਇਸ ਉਮਰੇ ਕਿਹੜੀ ਆਉਣੀ ਹੈ। ਓਏ ਹੁਣ ਤਾਂ ਵਾਲ ਰੰਗ ਰੰਗ ਕੇ ਸੀ, ਥੱਕ ਗਿਆ ਮੈਂ ਤਾਂ ਵਾਲ ਰੰਗ ਰੰਗ ਕੇ। ਹੁਣ ਯਕੀਨ ਕਰ ਮੈਂ ਜਦੋਂ ਕਰਿਆਨੇ ਵਾਲੇ ਕੋਲ ਜਾਂਦਾ ਨਾ, ਉਹ ਪਹਿਲਾਂ ਹੀ ਕਾਲਾ ਰੰਗ ਕੱਢ ਕੇ ਬੈਠਾ ਹੁੰਦਾ। ਇਹ ਅਸੀਂ ਉਹਨੂੰ ਇੰਨੇ ਪੈਸੇ ਵਟਾ ਬੈਠੇ ਹਾਂ ਕਲਰ ਮੁੱਲ ਲੈ ਕੇ, ਅਤੇ ਆਪਣਾ ਟਾਂਗਾ ਲੁਕਾਉਣ ਵਾਸਤੇ, ਆਪਣਾ ਚਿੱਟਾਪਨ ਲੁਕਾਉਣ ਵਾਸਤੇ ਇੰਨੇ ਪੈਸੇ ਵਟਾ ਬੈਠੇ ਹਾਂ। ਹੁਣ ਤਾਂ ਜਾ ਕੇ ਖਲੋਈ ਦਾ ਮਗਰੋਂ ਤਾਂ ਪਹਿਲਾਂ ਇੰਝ ਕਰਕੇ ਕਲਰ ਫੜਾਉਂਦਾ, ਉਹ ਕੋਈ ਨਹੀਂ ਆ ਜਾਣਾ ਕਿ ਪੈਸੇ ਜਾਓ ਤੁਹਾਡੇ ਪਿਛਲੇ ਬਹੁਤ ਜਮ੍ਹਾਂ ਹੋਏ ਆ। ਬਾਕੀ ਗੱਲ ਪਤਾ ਕੀ ਹੈ, ਦੇਖ ਜਵਾਨੀ ਤਾਂ ਆਪਣੀ ਰੁਲਦਿਆਂ ਖੁੱਲਦਿਆਂ ਲੰਘ ਗਈ, ਲੰਘ ਗਈ, ਲੇਕਿਨ ਬੁਢਾਪਾ ਬਗੈਰ ਔਲਾਦ ਤੋਂ ਬਗੈਰ ਬੀਵੀ ਤੋਂ ਗੁਜ਼ਾਰਨਾ ਇਹ ਕਿਸੇ ਅਜ਼ਾਬ ਤੋਂ ਘੱਟ ਨਹੀਂ ਗਾ। ਉਹ ਨਾਲੇ ਤੈਨੂੰ ਕੀ ਪਤਾ ਹੋਵੇ, ਜਦੋਂ ਰਾਤ ਨੂੰ ਸੌਂਦਾ ਨਾ, ਹਾਂ ਅੱਲਾ ਜਾਣਦਾ ਮੈਨੂੰ ਸਾਰੀ ਰਾਤ ਨੀਂਦ ਨਹੀਂ ਆਉਂਦੀ। ਕਿੱਦਾਂ ਆਵੇ ਨੀਂਦ, ਉਹੋ ਹੀ ਖਿਆਲ ਕਿਹਾ ਮੈਨੂੰ ਸਿਹਰੇ ਲੱਗੇ ਆ, ਇੰਜ ਕਰਕੇ ਮੈਂ ਵਿਆਹੁਣ ਜਾਣ ਡਿਆ, ਇੰਜ ਕਰਕੇ ਮੈਂ ਵਿਆਹ ਕੇ ਲਿਆਇਆ, ਘੁੰਡ ਚੁੱਕਿਆ ਤੇ ਫੌਤ ਹੋ ਗਿਆ। ਹਾਏ ਹਾਏ, ਫੌਤ ਨਹੀਂ ਹੋਇਆ, ਕੁੱਤੀ ਨੇ ਦੰਦ ਮਾਰੇ। ਉਹ ਤੇ ਜਾ ਕੇ ਕੁੱਤੀ ਦਾ ਘਰ ਲੱਭਿਆ ਤੇ ਸੱਤ ਅੱਠ ਮਿਰਚਾਂ ਲਿਆਣ ਕੇ ਬੰਨੀਆਂ। ਆ ਤੂੰ ਕਹਿੰਦਾ ਨਾ ਮੈਂ ਹੱਥ ਦਿਖਾਇਆ, ਤੇ ਉਹਨੇ ਕਿਹਾ ਤੁਹਾਡੇ ਮੁਕੱਦਰਾਂ 'ਚ ਔਰਤ ਹੈ ਨੀ। ਨਹੀਂ ਨਹੀਂ, ਉਹਨੇ ਕਿਹਾ ਇੱਕ ਔਰਤ ਆ ਰਹੀ ਆ। ਅੱਛਾ, ਆਸ ਲਾ ਦਿੱਤੀ ਉਹਨੇ। ਆਹੋ, ਤੇ ਮੈਂ ਵੀ ਇੱਕ ਕੋ ਫਾਲ ਕਢਾਈ ਸੀ। ਅੱਛਾ, ਤੇਰੇ ਨਾਂ ਦੀ ਤੇ ਆਪਣੇ ਨਾਂ ਦੀਆਂ ਦੋਵੇਂ ਕਢਾ ਲਈਆਂ। ਫੇਰ ਉਹਨੇ ਕਿਹਾ ਚੰਨਾ ਤੁਹਾਡੇ ਮੁਕੱਦਰਾਂ 'ਚ ਔਰਤ ਕੋਈ ਨੀ। ਅੱਛਾ, ਤੁਸੀਂ ਕੋਈ ਕੁੱਤੀ ਕਿਰਾਏ ਤੇ ਲੈ ਲਓ। ਤੇਰਾ ਬੇੜਾ ਗਰਕ, ਖਾਨਾ ਖਰਾਬ ਹੋਏ, ਔਰ ਤੇਰੀ ਵਜ੍ਹਾ ਨਾਲ ਮੇਰਾ ਵਿਆਹ ਨਹੀਂ ਹੋਇਆ। ਉਹ ਕੁੱਤੀ ਗਲਤ ਨਾ ਸਮਝ, ਲਾਂਤੀਆ, ਤੁਹਾਡੇ ਵਿਹੜੇ 'ਚ ਰਾਖੀ ਰੁਖੀ ਰੱਖਣ ਨੂੰ, ਤੇ ਜੇ ਮੈਂ ਕਿਹਾ ਯਾਰ ਸਾਨੂੰ ਬੱਚਿਆਂ ਦੀ ਬਹੁਤ ਆਸ ਉਮੀਦ ਆ, ਤੇ ਕਹਿੰਦਾ ਕੋਈ ਐਸੀ ਗੱਲ ਨਹੀਂ, ਬੱਚਿਆਂ ਦੀ ਖੁਸ਼ੀ ਵੀ ਤੁਹਾਡੀ ਕੁੱਤੀ ਪੂਰੀ ਕਰ ਦੋ। ਬਾਕੀ ਬਾਊ ਮੇਰੀ ਗੱਲ ਸੁਣ, ਹਾਂ ਉਹ ਜਦੋਂ ਬੱਚੇ ਅਸੀਂ ਲੈ ਕੇ ਫਿਰਾਂਗੇ, ਹਾਂ ਤੇ ਲੋਕੀ ਕਹਿਣਗੇ ਕੁੱਤੀ ਦੇ ਪੁੱਤਰ ਇਹਨਾਂ ਦੇ ਪੁੱਤਰ ਹੈ। ਦੱਸ ਵੀ ਪੂਰਾ ਪਿੰਡ ਕਹਿੰਦਾ ਫਿਰੂਗਾ ਵੀ ਇਹ ਜਿਹੜੇ ਕੁੱਤੀ ਦੇ ਪੁੱਤਰ ਲਈ ਫਿਰਦੇ ਆ ਇਹਨਾਂ ਦੇ ਪੁੱਤਰ। ਯਾਰ ਅਸੀਂ ਨਾ ਭਾਈ, ਅਸੀਂ ਕੁੱਤਖਾਨਾ ਨਹੀਂ ਪਾਉਣਾ। ਮੇਰੀ ਗੱਲ ਸੁਣ ਲਾ, ਮੈਂ ਤਾਂ ਭਾਈ ਰਾਤੀ ਖਾਬ ਦੇਖੀ ਹੈ। ਇੱਕ ਮਿੰਟ, ਡਰ ਮੈਨੂੰ ਇਸ ਗੱਲ ਤੋਂ ਵੀ ਆਇਆ, ਅੱਲਾ ਮਾਫੀ ਦੇਵੇ। ਦੇਖੋ ਜੀ, ਕੁੱਤੀ ਚੋਂ ਕੁੱਤੇ ਦੇ ਬੱਚੇ ਹੋਣੇ ਸਾਡੇ ਕਿੱਥੇ ਹੋਣੇ, ਅੱਲਾ ਮਾਫੀ ਦੇਵੇ। ਪਰ ਇਹ ਵੀ ਹੈ ਵੀ ਜਦੋਂ ਕੁੱਤੀ ਦੇ ਬੱਚੇ ਚੁੱਕ ਕੇ ਆਪਾਂ ਬਾਹਰ ਅੰਦਰ ਜਾਵਾਂਗੇ, ਦਿਲ ਕੇ ਸਾਨੂੰ ਕਹਿਣਾ ਆ ਕੁੱਤੀ ਦੇ ਬੱਚਿਆਂ ਦੇ ਮਾਮੂ ਖੜਾਉਣ ਡਏ। ਬਾਕੀ ਕੁੱਤੀ ਦੇ ਬੱਚੇ, ਗੱਲ ਪਤਾ ਕੀ ਹੈ, ਇਹ ਰਹਿਣ ਦੇ ਤੂੰ ਬੱਚੇ ਬੁੱਚੇ, ਅਸੀਂ ਨਹੀਂ ਇਹ। ਮੇਰੀ ਗੱਲ ਸੁਣ, ਮੈਂ ਦੇਖੀ ਰਾਤੀ ਖਾਬ। ਅੱਛਾ, ਖਾਬ 'ਚ ਮੈਂ ਕੀ ਦੇਖਦੇ ਹਾਂ ਕਿ ਇੱਕ ਪਰੀ ਉੱਤਰ ਰਹੀ ਹੈ ਅਸਮਾਨਾਂ ਤੋਂ। ਅੱਛਾ, ਪਰੀ ਉੱਡਦੀ 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 ਆ ਗਈ ਤੇ ਮੇਰੀ ਪੁਆਂਦੀਆਂ ਵੱਲ ਬਹਿ ਗਈ। ਉਹ ਨਹੀਂ ਨਹੀਂ, ਇੱਧਰ ਬੈਠੀ ਸੀ ਉਹ, ਇੱਧਰ ਬੈਠੀ ਸੀ ਉਹ ਪਰੀ ਨੇ। ਇੱਥੇ ਪਾਗਲ, ਤੇਰੇ ਵੱਲ ਕਿੱਥੇ ਬਹਿਣਾ, ਪਰੀ ਇੱਥੇ ਬੈਠੀ ਸੀ। ਤੇਰੇ ਕੋਲ ਤਾਂ ਕੋਈ ਚੁੜੇਲ ਨਹੀਂ ਬੈਠੀ ਅੱਜ ਤੱਕ, ਤੇ ਪਰੀ ਕਿੱਥੋਂ ਬਹਿ ਜਾਣੀ ਤੇਰੇ ਕੋਲ। ਤੇਰੀ ਵਜ੍ਹਾ ਨਾਲ ਮੇਰਾ ਵਿਆਹ ਨਹੀਂ ਹੋਇਆ, ਨਾ ਤੇਰਾ ਵਿਆਹ ਹੋਇਆ ਨਾ ਮੇਰਾ ਵਿਆਹ ਹੋਇਆ। ਅਗਲੇ ਕਹਿੰਦੇ ਪਹਿਲੇ ਵੱਡਾ ਵਿਆਹਣਾ ਫਿਰ ਛੋਟਾ ਵਿਆਹਣਾ, ਉਹ ਮੇਰੇ ਵਾਸਤੇ ਤਾਂ ਛੋਟਾ ਹੋਣਾ ਵੀ ਅਜ਼ਾਬ ਹੋ ਗਿਆ। ਤੇਰਾ ਹੀ ਖਾਨਾ ਖਰਾਬ ਹੋਇਆ, ਤੇਰੇ ਕਰਕੇ ਮੇਰਾ ਵੀ ਨਹੀਂ ਹੋਇਆ। ਉਹ ਤੂੰ ਨਿੱਕਾ ਸੀ, ਤੈਨੂੰ ਪਾਲਦਿਆਂ ਪਾਲਦਿਆਂ ਮੇਰੇ ਆਹ ਚਿੱਟੇ ਆ ਗਏ, ਤੇਰੇ ਆ ਗਏ।
ਉਹ ਜਿਹੜਾ ਕੋਈ ਰਿਸ਼ਤਾ ਆਉਂਦਾ ਉਹ ਮੈਨੂੰ ਵੇਖਦਾ ਨੀ ਗਾ, ਉਹ ਛੋਟਿਆਂ ਨੂੰ ਤੁਰ ਪੈਂਦਾ ਸੀ ਤੇ ਤੇਰੀਆਂ ਕਰਤੂਤਾਂ ਤੋਂ ਨੱਸ ਜਾਂਦੇ ਸੀ। ਕਿਹੜੀਆਂ ਕਰਤੂਤਾਂ? ਨਾਲੇ ਤੂੰ ਮੈਨੂੰ ਕਿਹੜਾ ਪਾਲਿਆ? ਮੈਨੂੰ ਤੇ ਪਾਲਿਆ ਹਾਲਾਤ ਨੇ, ਮੈਨੂੰ ਪਾਲਿਆ ਵਾਕਿਆਤ ਨੇ, ਮੈਨੂੰ ਪਾਲਿਆ ਪਿੰਡ ਨੇ, ਤੂੰ ਕਿਹੜੇ ਵੇਲੇ ਮੈਨੂੰ ਪਾਲ ਦਿੱਤਾ? ਨਾ ਤੂੰ ਹੁੰਦਾ ਤੇ ਨਾ ਮੇਰਾ ਵਿਆਹ ਰੁਕਦਾ। ਕਿੱਥੋਂ ਮੇਰੇ ਮਾਂ ਪਿਓ ਨੇ ਇਹਨੂੰ ਵੱਡਾ ਜੰਮ ਲਿਆ? ਯਾ ਅੱਲਾ ਪਾ ਕੇ ਇਹਨੂੰ ਕਿਤੇ ਚੁੱਕ ਲਾ ਮੌਲਾ, ਉਹ ਮੇਰਾ ਤੇ ਕਿਤੇ ਸਰ ਜੇ ਚੁੱਕ ਲਾ। ਉਹ ਤੇਰੇ ਦੁਰ ਸ਼ਾਬਾਸ਼ੇ, ਉਹ ਮੇਰੇ ਮੁਕੱਦਰ ਵੀ ਤੂੰ ਹੀ ਖਾ ਗਿਆ। ਕਿੱਦਾਂ ਖਾ ਗਿਆ? ਬੇੜਾ ਗਰ ਕਰ ਗਿਆ ਨਾ ਮੇਰਾ, ਤੇ 3-4 ਸਾਲ ਪਹਿਲਾਂ ਵਿਆਹ ਹੋ ਜਾਣਾ ਸੀ। ਓਏ ਮਾਂ ਚਾਹੁੰਦੀ ਸੀ ਵੀ ਇਹ ਮੈਨੂੰ ਦਿਖਾ ਕੇ ਤੇ ਡੋਲੀ ਤੇਰੇ ਘਰ ਟੁੱਕ ਜਾਵੇ। ਅਸਲਾਮੁ ਅਲੈਕਮ। ਓਏ ਆ ਜਨਾਨੀ ਆਵਾਜ਼, ਆਵਾਜ਼ ਇਹ ਕਿੱਥੋਂ ਆ ਸਾਡੇ ਵਿਹੜੇ 'ਚ? ਉਹ ਕਿਤੇ ਮੇਰੇ ਖਾਣ 'ਚ ਤੇ ਨਹੀਂ ਹੋਣ ਲੱਗਾ? ਹੈ ਉਹ ਜਣਾ, ਮੈਂ ਰਾਤੀ ਖਾਬ ਦੇਖਿਆ ਵੀ ਮੇਰੇ ਨਾਲ ਆ ਕੇ ਪਰੀ ਬੈਠ ਗਈ। ਹੈ ਏਡੀ ਪਿਆਰੀ ਆਵਾਜ਼! ਆਹ ਬਿਲਕੁਲ ਕੋਇਲ ਵਰਗੀ ਆਵਾਜ਼ ਆਈ। ਓਏ ਕੰਨ ਖੋਲ। ਅਸਲਾਮੁ ਅਲੈਕਮ। ਵਾਲੈਕਮ ਸਲਾਮ। ਉਹ ਸੱਚੀ ਮੁੱਚੀ ਵਾਲੈਕਮ ਸਲਾਮ। ਆ ਜਾਓ, ਧੰਨ ਪਾਕ ਸਾਡੇ, ਆਓ ਆਓ, ਬਿਸਮਿਲ੍ਲਾ ਬਿਸਮਿਲ੍ਲਾ, ਇੱਧਰ ਆਓ। ਓ ਨਹੀਂ ਨਹੀਂ ਨਹੀਂ, ਇਹ ਜੀ ਇੱਥੇ ਆਓ, ਇੱਥੇ ਜੀ ਨਹੀਂ, ਆ ਸਰਾਣਾ ਇੱਥੇ ਆਓ। ਓ ਮੀਨ ਤੇਰਾ ਮੰਜਾ ਗਿੱਲਾ ਹੋਇਆ, ਇੱਧਰ ਆਓ ਜੀ। ਆ ਸੋਕਾ ਮੰਜਾ ਕੀ ਪਤਾ, ਮੈਂ ਘੰਟਾ ਫੂਕਾ ਮਾਰ ਮਾਰ ਕੇ ਸੁਕਾਇਆ, ਆ ਦੇਖੋ ਜੀ ਬਿਲਕੁਲ ਖੁਸ਼ਕ ਆ। ਨਹੀਂ 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 ਨਹੀਂ, ਮੇਰੀ ਗੱਲ ਸੁਣ ਲਾ। ਓਏ ਮੇਰਾ ਹੁਣ ਮੇਰੀ ਗੱਲ ਸੁਣ ਲਾ, ਮੇਰੀ ਗੱਲ ਨੂੰ ਸਮਝ ਵੀ ਲੈ, ਇੱਧਰ ਆਓ ਜੀ। ਤੇਰੀ ਗੱਲ ਮੈਂ ਫੇਰ ਸਮਝਾਂ? ਬੇਵਕੂਫ ਨਾ ਵੇ, ਦਫਾ ਮਾਰੋ ਜੀ, ਕੁੱਤਾ ਜਿਹਾ ਬੰਦਾ, ਇੱਥੇ ਆਓ ਮੇਰੇ ਕੋਲ। ਦੇਖਿਆ, ਸੇਰੀ ਗੱਲ ਸੁਣ ਲਾ, ਮੈਂ ਜਿਹੜੀ ਰਾਤੀ ਖਾਬ ਦੇਖੀ ਨਾ, ਪਰੀ ਇੱਥੇ ਆ ਕੇ ਬੈਠੀ ਮੇਰੇ ਨਾਲ, ਹੈ ਤੇ ਇਹ ਖਾਬ ਦੀ ਤਬੀਰ ਪੁੱਠੀ ਨਾ ਕਰੀ ਹੁਣ। ਉਹ ਪਰੇ ਗੋਲੀ ਮਾਰ ਇਸ ਖਾਬ ਨੂੰ, ਮੈਂ ਕਿਹਾ ਜੀ ਇੱਥੇ ਬੈਠੋ ਮੇਰੇ ਕੋਲ। ਤੁਸੀਂ ਦੇਖੋ ਜੀ, ਇਹ ਮੰਜਾ ਗਿੱਲਾ, ਤੁਸੀਂ ਇੱਥੇ ਆਓ। ਆਹ ਦੋਨੋਂ ਮੇਰੀ ਬਾਤ ਤੇ ਸੁਣੇ ਜ਼ਰਾ, ਮੈਂ ਤਾਂ ਬੈਠ ਕੇ ਗੱਲ ਕਰਨੀ ਹੈ, ਬੈਠ ਕੇ ਸਕੂਨ ਦੇ ਨਾਲ। ਬੈਠੋ ਬੈਠੋ, ਇੱਥੇ ਬੈਠੋ, ਅਸੀਂ ਦਫਾ ਦੂਰ ਪਰੇ, ਦਫਾ ਦੂਰ ਬੁੱਢੀ ਖਜੂਰ। ਅੱਛਾ ਚਲੋ, ਜਿੱਥੇ ਤੁਹਾਡੀ ਮਰਜ਼ੀ ਬਹਿ ਗਏ ਤੁਸੀਂ। ਇਹ ਮੈਂ ਜੀ ਬਾਊ। ਇਹ ਬਾਊ ਪਤਾ ਕਿਹੜਾ ਬਾਊ? ਉਹ ਜਿਹੜਾ ਹੁੰਦਾ ਨੀ ਬਾਊ ਬਾਊ ਬਾਊ, ਇਹ ਉਹ ਬਾਊ ਆ। ਬਾਊ ਬਾਊ, ਉਹ ਬਕਵਾਸ ਨਾ ਕਰ, ਬਕਵਾਸ ਨਾ ਕਰ, ਵੇਖ ਕੇ ਅਸੀਂ ਧੰਨ ਭਾਗ ਮੌਲਾ ਨੇ ਖੋਲੇ ਆ। ਇੱਧਰ ਇੱਧਰ ਜੀ, ਮੈਂ ਹੀਰੋ ਹੀਰੋ, ਇਹ ਉਹ ਹੀਰੋ ਆ ਮੇਰਾ। ਜ਼ੀਰੋ ਹੈ? ਕਿਹੜਾ ਜ਼ੀਰੋ? ਮੈਂ ਤੁਸੀਂ ਮੇਰੇ ਕੋਲ ਬੈਠੋ ਤਾਂ ਕਿ ਅਸੀਂ ਜ਼ਿੰਦਗੀ ਦੀਆਂ ਗੱਲਾਂ ਬਾਤਾਂ ਤੈਅ ਕਰ ਲਈਏ। ਹੈ ਜੀ, ਬਾਤ ਹੀ ਨਹੀਂ ਸੁਣ ਰਹੇ? ਇਹ ਜਿੰਨਾ ਬਾਗ ਆ, ਜਿੰਨੀ ਜ਼ਮੀਨ ਆ ਨਾ, ਇਹ ਸਾਰੀ ਮੇਰੀ ਹੈ। ਆ ਮਕਾਨ ਵੀ ਮੇਰਾ ਖਾਲੀ ਹੈ, ਬਿਲਕੁਲ ਖਾਲੀ ਪਿਆ। ਸਾਰਾ ਬਕਵਾਸ ਕਰ ਲਿਆ, ਸਾਰਾ ਬਕਵਾਸ ਕਰ ਲਿਆ। ਮੈਂ ਕਿਹਾ ਇੱਥੇ ਆਓ ਜਰਾ, ਤੁਹਾਨੂੰ ਸਹੀ ਸੀ ਮੈਂ ਦੱਸਦਾ। ਅੱਜ ਨਹੀਂ ਤੇ ਇੱਥੇ ਕੀ ਹੈ? ਅੱਜ ਅੱਜ ਆ ਗਏ, ਮੈਂ ਕਿਹਾ ਸਾਰੀ ਜ਼ਿੰਦਗੀ ਨੇ ਤੁਹਾਡੀਆਂ ਗੱਲਾਂ ਸੁਣਨੀਆਂ, ਅਸੀਂ ਤਾਂ ਰੱਬ ਜਾਣਦਾ ਐਡੇ ਤਰਸੇ ਪਏ ਆ, ਐਡੇ ਤਰਸੇ ਪਏ ਆ, ਅਸੀਂ ਸੌ ਵਾਲੀ ਸ਼ਿਫਟ ਵੀ ਛੱਡ ਕੇ ਤੁਹਾਡੀਆਂ ਹੀ ਸੁਣਨੀਆਂ। ਸੁਣਾਓ। ਇਹ ਆਪ ਵੀ ਸੁੱਤਾ ਪਿਆ, ਇਹਦੇ ਨਸੀਬ ਵੀ ਸੁੱਤੇ ਪਏ, ਇਹਦੇ ਭਾਗ ਵੀ ਸੁੱਤੇ ਪਏ। ਤੁਸੀਂ ਇੱਧਰ ਆਓ, ਤੁਸੀਂ ਇੱਥੇ ਬੈਠੋ, ਇੱਧਰ ਬੈਠੋ, ਇੱਧਰ ਆਓ। ਦੋਨੋਂ ਮੇਰੀ ਬਾਤ ਕਿਉਂ ਨਹੀਂ ਸੁਣ ਰਹੇ? ਉਹ ਮੇਰੀ ਗੱਲ ਸੁਣ ਲੈ, ਇੱਥੇ ਆ, ਇੱਥੇ ਆ। ਇੱਥੇ ਮੈਂ ਯਹਾਂ ਪੇ ਟੀਚਰ ਆਈ ਹੂੰ। ਹਾਂ, ਓ ਟੀਚਰ ਜੀ। ਓਹੋ, ਲੈ ਅਸੀਂ ਵੀ ਬਚਪਨ ਦੇ ਅਨਪੜ੍ਹ ਆ। ਹਾਏ ਹਾਏ, ਤੈਨੂੰ ਰੱਬ ਦਾ ਵਾਸਤਾ, ਸਾਨੂੰ ਪੜ੍ਹਾ ਦੇ। ਮੈਨੂੰ ਤੇ ਸਿੱਧਾ ਹੀ ਇਸ਼ਕ ਦਾ ਸਬਕ ਪੜ੍ਹਾ। ਸਾਨੂੰ ਕਿਸੇ ਦੇ ਪਿਆਰ ਨਾਲ ਨਹੀਂ ਪੜ੍ਹਾਇਆ, ਅੱਜ ਦੋ ਤਿੰਨ ਲਫ਼ਜ਼ ਜ਼ਰਾ ਪਿਆਰ ਨਾਲ ਸਮਝਾ ਦਿਓ, ਅਸੀਂ ਸਾਰੀ ਜ਼ਿੰਦਗੀ ਨਹੀਂ ਭੁੱਲਾਂਗੇ। ਦੇਖੀ ਮੇਰੀ ਬਾਤ ਸੁਣੇ, ਯਹਾਂ ਆਪਕੇ ਜੋ ਪਾਸ ਮੇਂ ਸਕੂਲ ਹੈ ਨਾ, ਉਸਮੇਂ ਮੈਂ ਟੀਚਰ ਆਈ ਹੂੰ, ਔਰ ਮੁਝੇ ਰਹਿਨੇ ਕਾ ਮਸਲਾ ਹੈ। ਕਿਆ ਆਪਕੇ ਪਾਸ ਕੋਈ ਘਰ ਖਾਲੀ ਹੈ? ਮਕਾਨ ਖਾਲੀ, ਸਾਰਾ ਕੁਛ ਆਪਣਾ, ਰਹਿ ਖਾਲੀ ਪਿਆ।
ਆ ਮਕਾਨ ਮੇਰਾ ਵਾ ਮੇਰਾ ਕਿਧਰੋਂ ਹੋ ਗਿਆ ਮਕਾਨ ਮੇਰਾ ਵਾ ਮੈਂ ਸਟਾਮ ਤੇ ਮੇਰਾ ਨਾਂ ਲਿਖਿਆ ਚੁੱਪ ਕਰਕੇ ਦਾਲਾ ਕੱਢ ਦੇਣੀ ਉਹ ਬਕਵਾਸ ਨਾ ਕਰ ਰੁੱਸ ਕੇ ਚਲੀ ਜਾਊਗੀ ਬਹਿਜਾ ਇੱਥੇ ਮਹੀਨੇ ਪੈਦਾ ਹੋਇਆ ਸੀ ਲੜਾਈ ਝਗੜਿਆ ਨੂੰ ਰੁੱਸ ਪਊਗੀ ਅਸੀਂ ਲੜਦੇ ਲੁੜਦੇ ਨੀਗੇ ਉਦਾਂ ਹੀ ਪਿਆਰ ਮੁਹੱਬਤ ਨਾਲ ਕਿਉਂਕਿ ਘਰ ਚਾਹੀਦਾ ਸਾਰਾ ਕੁਛ ਆ ਬਾਗ ਆ ਘਰ ਤੁਹਾਡੇ ਨਾਂ ਲਾਤਾ ਮੇਰੀ ਗੱਲ ਸੁਣੋ ਇਹਦੇ ਘਰ ਚ ਕੁਛ ਨਹੀਂ ਹੈ ਮੇਰੇ ਘਰ ਚ ਫਰਿੱਜ ਟੀਵੀ ਵਾਈਫਾਈ ਹਰ ਚੀਜ਼ ਮੌਜੂਦ ਆ ਜੋ ਮਤਲਬ ਮਾਡਰਨ ਏਜ ਦੀ ਜ਼ਰੂਰੀਅਤ ਆ ਨਾ ਉਹ ਮੇਰੇ ਘਰ ਚ ਮੌਜੂਦ ਆ ਇਹਦੇ ਘਰ ਚ ਤਾਂ ਬਿਸਤਰਾ ਵੀ ਹੈ ਨੀ ਮੰਜਾ ਵੀ ਹੈ ਨੀ ਇਹਦੇ ਮਗਰ ਨੀ ਲੱਗਣਾ ਐਵੇਂ ਬਕਵਾਸ ਕਰਨ ਡਿਆ ਵਾਈਫਾਈ ਟੀਵੀ ਸਾਰਾ ਨਾ ਆ ਪੇਪਰਾਂ ਤੇ ਬਣਾ ਕੇ ਦੀਵਾਰਾਂ ਨੂੰ ਲਾਇਆ ਨੇ ਮੇਰੇ ਘਰ ਚ ਜਿੰਨਾ ਸਕੂਨ ਹੈ ਨਾ ਤੁਸੀਂ ਇੱਕ ਵਾਰੀ ਅੰਦਰ ਵੜ ਕੇ ਦੇਖੋ ਲੇਕਿਨ ਮਸਲਾ ਇਹੀ ਹੈ ਨਾ ਕਿ ਮੈਨੂੰ ਸਕੂਨ ਵੀ ਚਾਹੀਏ ਔਰ ਮੈਂ ਸਕੂਨ ਲੈਣਾ ਪਸੰਦ ਕਰਤੀ ਹੂੰ ਆਪ ਤੋਂ ਦੋਨੋਂ ਬਹੁਤ ਲੜ ਰਹੇ ਹੈ ਲੇਕਿਨ ਕੈਸੇ ਹੋਊਗੀ ਅਸੀਂ ਮੇਰੀ ਗੱਲ ਸੁਣ ਅਸੀਂ ਇੱਕ ਦੂਏ ਨੂੰ ਗਾਲ ਪਾ ਦੇਣੀ ਆ ਸਕੂਨ ਤੈਨੂੰ ਜਿੰਨਾ ਮੇਰੇ ਕੋਲੋਂ ਮਿਲਣਾ ਨਾ ਇਹਦੇ ਕੋਲੋਂ ਤਾਂ ਮਿਲਣਾ ਹੀ ਨਹੀਂ ਤੈਨੂੰ ਸਕੂਨ ਬਹਿ ਜਾ ਯੂਨਸ ਫੈਨ ਤੇਰੇ ਕੋਲ ਸਕੂਨ ਮਿਲਣਾ ਮੈਂ ਕਹਿੰਦਾ ਤੁਹਾਨੂੰ ਲੋਰੀ ਸੁਣਾਇਆ ਕਰੂੰਗਾ ਤੁਹਾਨੂੰ ਆਹ ਲਾ ਲਾ ਕਹਾਣੀਆਂ ਸੁਣਾਇਆ ਕਰੂੰਗਾ ਮੇਰੇ ਵਾਲੀ ਰਹਿ ਪੋ ਤੁਸੀਂ ਮੇਰੇ ਆਪ ਦੋਨੇ ਵਿੱਚ ਕਿਸੇ ਕੋ ਖਾਣਾ ਬਣਾਉਣਾ ਆਤਾ ਮੈਨੂੰ ਮੈਂ ਕੁੱਕ ਮੈਂ ਦੁਬਈ ਚ ਹਾਂਡੀ ਰੋਟੀ ਪਕਾਈ ਮੈਂ ਯੂਕੇ ਚ ਹਾਂਡੀ ਰੋਟੀ ਪਕਾਈ ਮੈਂ ਜਰਮਨ ਚ ਹਾਂਡੀ ਰੋਟੀ ਪਕਾਈ ਮੇਰੀ ਸਾਰੀ ਜ਼ਿੰਦਗੀ ਗੁਜ਼ਰੀ ਯੂਰਪ ਅਬਰਾਡ ਅਮਰੀਕਾ ਚ ਹਾਂਜੀ ਜਿਹੋ ਜਿਹੇ ਮੈਂ ਕੋਂਟੀਨੈਂਟਲ ਖਾਣੇ ਤੁਹਾਨੂੰ ਖਵਾ ਦੇਣੇ ਨਾ ਇਹਦੇ ਘਰ ਤੇ ਮੁਸ਼ਕਲ ਨਾਲ ਸਾਗ ਪੱਕਦਾ ਉਹ ਵੀ ਬੇਸਵਾਦਾ ਮੈਡਮ ਮੈਂ ਤੇ ਬਕਵਾਸ ਕਰਨ ਡਿਆ ਵਾ ਹਾਂਡੀ ਟਕ ਟਕ ਫਰਾਣਾ ਆਟਾ ਤਰਲ ਲੈ ਲੈ ਕੇ ਮੇਰੇ ਕੋ ਬਣਾਉਂਦਾ ਰੋਟੀਆਂ ਮੈਨੂੰ ਇੰਜ ਕਰਕੇ ਲੱਤ ਬਾਹਰ ਕੱਢ ਕੇ ਮੈਂ ਆਪ ਪਕਾ ਕੇ ਦੇਣਾ ਇਹ ਸਿਰਫ ਹਾਂਡੀ ਚ ਕਦੀ ਲੂਣ ਬਹੁਤਾ ਪਾਤਾ ਕਦੀ ਮਿਰਚ ਬਹੁਤੀ ਪਾਤੀ ਐਵੇਂ ਭੌਂਕੜਿਆ ਕੰਟੀ ਨਿਊਟਲ ਤੁਹਾਡੀ ਖੁਸ਼ੀ ਵਾਸਤੇ ਤੁਹਾਨੂੰ ਖੁਸ਼ ਕਰਾਂਗੇ ਮੁਸਲਮ ਤਾਂ ਅਸੀਂ ਦੂਰ ਕਿਤੇ ਘਲਾ ਦੇਣਾ ਵਾ ਦੇਖੋ ਜੀ ਮੈਂ ਤੁਹਾਨੂੰ ਰੋਟੀ ਪਕਾ ਕੇ ਦਿਆਂਗਾ ਮੈਂ ਤੁਹਾਡੇ ਕੱਪੜੇ ਧੋਵਾਂਗਾ ਮੈਂ ਤੁਹਾਡੇ ਭਾਂਡੇ ਧੋਵਾਂਗਾ ਮੈਂ ਤੁਹਾਡੀਆਂ ਲੱਤਾਂ ਬਾਹਾਂ ਵੀ ਘੁੱਟ ਨੱਪ ਦਿਆਂਗਾ ਮੈਡਮ ਇਤਨਾ ਹੀ ਬਹੁਤ ਹੈ ਮੈਡਮ ਗੱਲ ਘਰ ਚਾਹੀਏ ਔਰ ਮੈਨੂੰ ਸਕੂਨ ਚਾਹੀਏ ਬਸ ਮੈਡਮ ਇਹਦੇ ਕੋਲ ਕੱਪੜਿਆਂ ਤੋਂ ਆਇਓ ਇਹ ਬੜਾ ਲਾਂਤੀ ਆ ਕੱਪੜੇ ਤੁਸੀਂ ਆਪਣੇ ਆਪ ਹੀ ਧੋਣੇ ਆ ਅਸੀਂ ਕਦੀ ਕੱਪੜੇ ਨਹੀਂ ਧੋਤੇ ਹਾਂ ਅਲਬਤਾ ਵਾਲਾਂ ਦਾ ਪਰੌਂਠਾ ਪਕਾ ਲਈਦਾ ਅਚਾਰ ਕੱਢ ਕੇ ਰੱਖ ਲਈਦਾ ਮਿਰਚੇ ਦਾ ਅਚਾਰ ਰੱਖ ਲਈਦਾ ਉਹ ਤੁਹਾਨੂੰ ਸਵਾਦ ਅਸੀਂ ਦੇ ਸਕਦੇ ਹਾਂ ਜੇ ਬਹੁਤਾ ਸਕੂਨ ਚਾਹੁੰਦੇ ਹੋ ਨਾ ਹਰੀ ਹਰੀ ਇੱਥੇ ਪੱਤਿਆਂ ਦੀ ਬੂਟੀ ਤੋੜ ਕੇ ਮਿੱਠਾ ਪਾ ਕੇ ਬਦਾਮ ਪਾ ਕੇ ਸਾਨੂੰ ਤੁਸੀਂ ਅਰਬੇ ਤੋਂ ਸ਼ੁਰੂ ਕਰੋ ਤੇ ਇੱਕ ਵਾਰੀ ਜੇ ਫਿਕਰ ਲੈ ਜਾਓ ਸਾਡੇ ਅਰਮਾਨ ਪੂਰੇ ਕਰ ਦਿਓ ਅਸੀਂ ਤਾਰੇ ਪੈਰ ਫੜ ਲਈਏ ਅਸੀਂ ਦੋਵੇਂ ਹਾਂ ਤੇ ਸਾਨੂੰ ਦੋਵਾਂ ਨੂੰ ਖੁਸ਼ ਕਰ ਦਿਓ ਅਸੀਂ ਤੁਹਾਨੂੰ ਖੁਸ਼ ਕਰਨਾ ਮੈਨੂੰ ਤਾਂ ਇਹ ਸਮਝ ਨਹੀਂ ਆ ਰਹੀ ਆਪ ਦੋਨੇ ਕੀ ਪ੍ਰੋਬਲਮ ਕਿਆ ਆ ਕਿ ਕੌਣ ਸਾ ਕਿਸੇ ਕਹਾਣੀਆਂ ਖਤਮ ਹੋ ਰਹੀ ਤੁਸੀਂ ਇਹਨੂੰ ਇੰਗਲਿਸ਼ ਪੜਾ ਦੇਣੀ
ਮੈਨੂੰ ਉਰਦੂ ਪੜ੍ਹਾ ਦੇਣਾ। ਮੈਨੂੰ ਇੰਗਲਿਸ਼ ਪੜ੍ਹਾ ਦੇਣੀ, ਪੜ੍ਹੇ ਲਿਖੇ ਇੰਗਲਿਸ਼ ਪੜ੍ਹਾ ਦੇਣੀ। ਉਹ ਬੇੜਾ ਗਰਕ ਤੇਰਾ ਔਖੇ ਕੰਮ ਚ ਪੈਗਾ ਤੇ ਤੇਰਾ ਕਿਤੇ ਟਾਈਮ ਹੋਰ ਪਾਸੇ ਲੱਗੂਗਾ ਤੇ ਮੈਂ ਉਰਦੂ ਨਾ ਉਰਦੂ ਬੋਲੂਗਾ। ਯੂ ਨੋ ਵੈਲ ਆਈ ਕੈਨ ਰਾਈਟ ਇੰਗਲਿਸ਼, ਆਈ ਕੈਨ ਸਪੀਕ ਇੰਗਲਿਸ਼, ਯੂ ਨੋ ਮਾਈ ਐਕਸੈਂਟ ਇਜ਼ ਜਾਰਜੀਅਨ ਐਕਸੈਂਟ, ਅਮਰੀਕਨ ਐਕਸੈਂਟ। ਓਕੇ ਓਕੇ, ਆਈ ਕੈਨ ਅੰਡਰਸਟੈਂਡ, ਬਟ ਯੂ ਈਜ਼ੀ ਓਕੇ। ਅਮਰੀਕਨ 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 ਕਿਹਾ ਮੈਡਮ? ਹੀ ਇਜ਼ ਅ ਫੂਲ, ਹੀ ਇਜ਼ ਅ ਯੂ ਨੋ, ਹੀ ਇਜ਼ ਅ ਮੈਡ ਮੈਨ। He will kill you when you sleep. He will kill you. You better come in my house. No. Everything is there. Madam, reho, mujhe bhi Urdu aa rahi hai. Main ko kam bol raha hu. Maine aisa Urdu bola. Kamal kar diya. Are, maine to aisa bola. Ab aap mujhe ye bata diye, aapka ghar kitne ki mujhe milega? Kya kiraya hai iska? La la la, ye assi tuhade ko kiraya lende change lagde ha. Kyun? ਤੁਸੀਂ ਸਿਰਫ ਦੋ ਚਾਰ ਬੋਲ ਪਿਆਰ ਦੇ ਬੋਲ ਦੇ, ਸਾਨੂੰ 7000 ਤੁਹਾਡਾ ਆ ਜਾਇਆ ਕਰਨਾ। ਤੁਸੀਂ ਮੇਰੇ ਘਰ ਚ ਆਓ, ਮੈਨੂੰ ਕਿਰਾਇਆ ਨਹੀਂ ਚਾਹੀਦਾ, ਮੈਨੂੰ ਕੀਤਾ ਕਿਰਾਇਆ ਚਾਹੀਦਾ। ਮੈਂ ਫ੍ਰੀ ਮੇ ਨਹੀਂ ਰਹਿ ਸਕਦੀ, ਮੈਂ ਯਹਾਂ ਪਰ ਜੌਬ ਕਰ ਰਹੀ ਹੂੰ, ਮੈਨੂੰ ਅੱਛੀ ਸੈਲਰੀ ਮਿਲਤੀ ਹੈ ਔਰ ਮੈਂ ਕਿਸੀ ਕਾ ਅਹਿਸਾਨ ਨਹੀਂ ਲੈ ਸਕਦੀ। ਨਹੀਂ ਜੀ, ਭਾਈ ਅਸੀਂ ਔਰਤਾਂ ਕੋਲੋਂ ਪੈਸੇ ਲੈਂਦੇ ਚੰਗੇ ਲੱਗਦੇ ਹਾਂ, ਔਰ ਫਿਰ ਤੁਹਾਡੇ ਵਰਗੀ ਔਰਤ ਕੋਲ ਪੈਸੇ ਲੈਣਾ, ਤੌਬਾ ਅਸਤਗਫਾਰ, ਇਹ ਤੇ ਬੜਾ ਵੱਡਾ ਗੁਨਾਹ ਹੋ ਜਾਣਾ। ਇਹ ਤੇ ਅੱਲਾ ਨੇ ਸਿਖਾਉਂਗੀ ਵੀ ਨਾ, ਆਪ ਖੁਦ ਹੀ ਤਾਂ ਕਹਿ ਰਹੇ ਹੋ ਮੈਨੂੰ ਟਿਊਸ਼ਨ ਵੀ ਪੜ੍ਹਨੀ। ਬਸ ਠੀਕ ਹੈ, ਕਿਰਾਏ ਦੀ ਮੱਦ ਚ ਤੂੰ ਸਾਨੂੰ ਪੜਾਈ ਜਾਣਾ, ਸਿਰਫ ਪਿਆਰ ਦੇ ਨਾਲ ਸਾਨੂੰ ਪੜਾ ਦੇਣਾ। ਸਾਡੇ ਵਾਸਤੇ ਤੁਹਾਡਾ 7000 ਆ ਗਿਆ, ਠੀਕ ਹੈ, ਸਮਝੋ ਕਿ ਤੁਹਾਡਾ ਕਿਰਾਇਆ ਸਾਨੂੰ ਆ ਗਿਆ। ਤੇਰਾ ਅੱਛੇ ਤਰੀਕੇ ਨਾਲ ਪਿਆਰ ਮੁਹੱਬਤ ਨਾਲ ਨਾ ਮੈਨੂੰ ਅੰਗਰੇਜ਼ੀ ਦਾ ਪਹਿਲਾ ਸਬਕ ਤੁਸੀਂ ਪੜਾਉਣਾ, ਆਈ ਲਵ ਯੂ, ਇਹਨੂੰ ਮੈਂ ਅਮਰੀਕਾ ਖਿਲਾਉਣਾ। ਉਹ ਮਰੀ ਚਿੜੀਏ ਦਾ ਤੇਰਾ ਮੂੰਹ ਹੈ। ਅਬ ਇਹ ਡਨ ਹੋ ਗਿਆ ਨਾ ਕਿ ਆਪ ਮੁਝਸੇ ਕਿਰਾਇਆ ਨਹੀਂ ਲੇਗੀ, ਮੈਂ ਆਪਕੋ ਟਿਊਸ਼ਨ ਪੜ੍ਹਾ ਦੂੰਗੀ। ਕੁਝ ਵੀ ਨਹੀਂ, ਨਹੀਂ, ਹਾਂ ਪੱਕਾ, ਠੀਕ ਹੈ, ਇਹ ਤੇ ਲਕੀਰ ਬਿਲਕੁਲ ਸਹੀ ਹੈ। ਜਾਨੂ ਮੈਨੂੰ ਕਿਹਾ, ਮੈਨੂੰ ਕਿਹਾ, ਮੈਨੂੰ ਤਾਂ ਪਿੰਡ ਦੀਆਂ ਕੁੜੀਆਂ ਦੇਖ ਕੇ ਗਾਉਣ ਲੱਗ ਪੈਂਦੀਆਂ, ਜਾਨੂ ਸੁੰਦਰਾ। ਗਲਤ ਕਹਿਣ ਡਿਆ, ਇਹਨੂੰ ਪਿੰਡ ਦੀਆਂ ਕੁੜੀਆਂ ਦੱਸਾਂ ਨਹੀਂ ਜਾਂਦੀਆਂ, ਮਾਮੂ ਸੁੰਦਰਾ। ਚੱਲ ਚੱਲ, ਤੂੰ ਹੋਏਗਾ ਮਾਮੂ। ਜਾਨੂ ਕਹਾਂ ਰਹਿ ਗਏ ਆਪ, ਆ ਜਾਏ, ਆ ਤੁਹਾਡੇ ਸਾਹਮਣੇ ਬੈਠਾ ਜੀ। ਅਸਲਾਮ ਅਲੈਕੁਮ। ਵਾਲੇਕੁਮ ਸਲਾਮ, ਲਾਹੌਰ ਵਾਲਾ ਤੁਹਾਨੂੰ ਹਜ਼ੂਰ ਕੌਣ ਹੈ? ਮੈਨੇ ਆਪਕੋ ਬਤਾਇਆ ਥਾ ਨਾ ਕਿ ਮੈਂ ਯਹਾਂ ਪੇ ਘਰ ਮਤਲਬ ਦੇਖ ਕੇ ਆਤੀ ਹੂੰ ਅੰਦਰ ਜਾ ਕੇ ਨਾ, ਤੋ ਅਬ ਯੇ ਹਮ ਯਹਾਂ ਪਰ ਹੀ ਰਹੇਂਗੇ, ਯੇ ਹਮਸੇ ਕਿਰਾਇਆ ਵੀ ਨਹੀਂ ਲੇਂਗੇ। ਟੀਚਰ ਜੀ, ਟੀਚਰ ਜੀ, ਇਹ ਕੌਣ ਨੇ? ਯੇ ਮੇਰੇ ਹਸਬੈਂਡ ਹੈ। ਹੈ? ਯੇ ਤਾਂ ਬੜੀ ਅੱਛੀ ਬਾਤ ਹੈ, ਯੇ ਦੋਨੋਂ ਬਜ਼ੁਰਗ ਹੈ, ਇਨਕਾ ਸਾਇਆ ਸਰ ਪੇ ਹੋਣਾ ਚਾਹੀਏ, ਧਿਆਨ ਨਿਸ਼ਾਨ ਵੀ ਰੱਖ ਲੇਂਗੇ। ਜੀ ਜੀ, ਹਮਾਰੇ ਸਰ ਪਰ ਬਜ਼ੁਰਗੋ ਕਾ ਸਾਇਆ ਜ਼ਰੂਰ ਹੋਣਾ ਚਾਹੀਏ, ਔਰ ਆਜ ਸੇ ਹੀਰੋ ਹਮ ਆਪਕੇ ਪਾਸ ਹੀ ਰਹੇਂਗੇ। ਕਿਦੋਂ ਤੁਹਾਨੂੰ ਕਰਾਉਣ ਲੱਗੇ ਹੀਰੋ? ਛੱਡ ਕਰਾਇਆ ਹੋਰ ਤੇਰੇ ਦੇਰ ਸ਼ਾਬਾਸ਼ ਮਰ ਗਿਆ ਬਾਸ। ਅਹੀਰਾ ਹਾਂਜੀ, ਜੀ ਮਾਦਾ ਵੀ ਆ ਬੱਚਿਆਂ ਦੀ ਕਰ ਲਈ ਨਾ ਇਨਸਾਨ, ਹਾਂਜੀ ਕਰ ਲਈ। ਬਸ ਠੀਕ ਹੈ, ਅੱਛੀ ਬਾਤ ਹੈ ਕਿ ਬਜ਼ੁਰਗੋਂ ਕਾ ਸਾਇਆ ਸਰ ਪੇ ਹੋਣਾ ਚਾਹੀਏ, ਤੋ ਬਜ਼ੁਰਗੋਂ ਸੇ ਪਿਆਰ ਵੀ ਲੈ ਲਓ, ਫਿਰ ਆਪ ਦੋਨੋਂ ਪਿਆਰ ਵੀ ਦੇ ਦੇ। ਨੋ 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 ਨੋ